ਪੰਜਾਬੀ ਬੋਲੀ ਲਈ ਯਤਨਸ਼ੀਲ ਕਾਰਕੁਨ ਪੰਡਿਤ ਰਾਓ ਧਨੇਸ਼ਵਰ ਨੇ ਗਾਇਕ ਸਿੱਧੂ ਮੂਸੇ ਵਾਲੇ ਦਾ ਗੀਤ ਇਹਨਾਂ ਗੀਤਾਂ ਨੂੰ ਨੱਥ ਪਾਉਣ ਲਈ ਉਸ ਨੇ ਇੱਕ ਵਾਰ ਫੇਰ ਉਹ ਬੋਰਡ ਆਪਣੇ ਸਿਰ ਦੇ ਉੱਤੇ ਚੱਕ ਲਿੱਤਾ ਜਿਸ ਬੋਰਡ ਦੇ ਨਾਲ ਉਹ ਹਮੇਸ਼ਾ ਜਾਣਿਆ ਜਾਂਦਾ। ਬੀਤੇ ਦਿਨੀ ਸਿੱਧੂ ਮੂਸੇ ਵਾਲੇ ਦਾ ਅਖਾੜਾ ਦੇਖਣ ਆਏ ਲੁਧਿਆਣੇ ਦੇ ਪਿੰਡ ਕੂਮ ਕਲਾਂ ਦੇ ਉਸ ਨੌਜਵਾਨ ਦੇ ਗੋਲੀ ਲੱਗਣ ਤੋਂ ਬਾਅਦ ਪੰਡਿਤ ਰਾਓ ਨੇ ਮੋਹਾਲੀ ਪੁਲਿਸ ਦੇ ਕਪਤਾਨ ਉਕਤ ਗਾਇਕ ਨੂੰ ਤੁਰੰਤ ਸੰਮਣ ਕੀਤੇ ਜਾਣ ਦੀ ਮੰਗ ਕੀਤੀ ਹੈ। ਪੰਡਿਤ ਰਾਓ ਨੇ ਮੋਹਾਲੀ ਦੇ SSP ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬੀ ਵਿੱਚ ਭੜਕਾਊ ਗਾਣੇ ਗਾਉਣ ਵਾਲੇ ਸਿੱਧੂ ਮੂਸੇ ਵਾਲੇ ਨੂੰ ਤੁਰੰਤ ਸੰਮਣ ਕਰਕੇ ਪੁੱਛਿਆ ਜਾਵੇ ਕਿ ਉਹਨਾਂ ਦੇ ਗੀਤ ਸੈਂਸਰ ਬੋਰਡ ਤੋਂ ਪਾਸ ਹੋਏ ਜਾਂ ਨਹੀਂ। ਉਹਨਾਂ ਮੰਗ ਕੀਤੀ ਹੈ ਵੀ ਜੇਕਰ ਗਾਣੇ ਬੋਰਡ ਤੋਂ ਪ੍ਰਵਾਨ ਸਨ ਇਸ ਦੀ ਕਾਪੀ ਉਹਨਾਂ ਨੂੰ ਦਿੱਤੀ ਜਾਵੇ। ਪੰਡਿਤ ਰਾਓ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਲੱਚਰ ਤੇ ਨਸ਼ੇ ਤੇ ਗੀਤਾਂ ਨੂੰ ਪ੍ਰਫੁੱਲਿਤ ਕਰਨ ਵਾਲੇ ਗਾਣਿਆਂ ਦਾ ਵਿਰੋਧ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਹੋਈ ਹੈ। ਪੁਲਿਸ ਨੂੰ ਲਿਖੀ ਚਿੱਠੀ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਸਿੱਧੂ ਮੂਸੇ ਵਾਲੇ ਨੂੰ ਇਹ ਪੁੱਛਿਆ ਜਾਵੇ ਕਿ ਇਹਨਾਂ ਦੇ ਗਾਣੇ ਇੰਟਰਨੈਟ ਤੋਂ ਉਹ ਆਪ ਕਿਉਂ ਨਹੀਂ ਹਟਾ ਸਕਦੇ, ਕਿਉਂਕਿ ਇਹ ਗਾਣੇ ਸੁਣ ਕੇ ਹੀ ਸਰਬਜੀਤ ਸਿੰਘ ਨੂੰ ਅਚਾਨਕ ਗੋਲੀ ਲੱਗ ਗਈ ਹੈ ਤੇ ਬੀਤੀ 16 ਦਸੰਬਰ ਨੂੰ ਮੋਹਾਲੀ ਦੇ ਇੱਕ ਹੋਟਲ ਵਿੱਚ ਉਸ ਦੀ ਮੌਤ ਹੋ ਗਈ ਸੀ। ਉਹਨਾਂ ਮੰਗ ਕੀਤੀ ਹੈ ਕਿ ਸਿੱਧੂ ਮੂਸੇ ਵਾਲੇ ਵੱਲੋਂ ਲਿਖਤ ਵਿੱਚ ਇਹ ਵੀ ਲਿਖਿਆ ਜਾਵੇ ਕਿ ਉਹ ਕਿਤੇ ਹਥਿਆਰਾਂ ਦੀ ਪ੍ਰਸ਼ੰਸਾ ਕਰਨ ਵਾਲੇ ਗੀਤ ਨਹੀਂ ਗਾਉਣਗੇ। ਸੋ ਹੁਣ ਦੇਖਣਾ ਹੋਵੇਗਾ ਕਿ SSP ਇਸ ਪੂਰੀ ਕਾਰਵਾਈ ਦੇ ਉੱਪਰ ਆਪਣੇ ਕੀ ਕਦਮ ਚੁੱਕਦੇ ਨੇ। ਪਰ ਗੱਲ ਕਰੀਏ ਇਸ ਪੰਡਿਤ ਰਾਓ ਦੀ ਤਾਂ ਹਮੇਸ਼ਾ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਅਕਸਰ ਵੱਡੇ ਵੱਡੇ ਸਮਾਗਮਾਂ ਵਿੱਚ ਜਾਂ ਫਿਰ ਸ਼ਹਿਰ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਸਿਰ ਤੇ ਚੁੱਕਿਆ ਬੋਰਡ ਲੈ ਕੇ ਹਮੇਸ਼ਾ ਮਾਂ ਬੋਲੀ ਨੂੰ ਬੁਲੰਦ ਕਰਨ ਦੇ ਨਾਰੇ ਲਿਖ ਕੇ ਖੜਿਆ ਆਪਾਂ ਨੂੰ ਨਜ਼ਰ ਆ ਜਾਂਦਾ ਹੈ। ਸੋ ਕੈਨੇਡੀਅਨ ਗੱਭਰੂ ਤੇ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਹੋਰ ਖਬਰਾਂ ਤੇ ਹੋਰ ਪ੍ਰੋਗਰਾਮ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਕੈਨੇਡੀਅਨ।